ਕੀ ਨੰਬਰ ਉਡਾਈ ਮੈਂ ਨਾ ਹਰਵਿੰਦਰ ਕੌਰ ਪਿੰਡ ਕਰਪਾਲ ਸਿੰਘ ਵਾਲਾ ਕੀ ਕਰਨਾ ਕਿڑی ਲੋੜ ਹੈ ਨਾਲ ਹਾਂਜੀ ਮੈਂ ਲੈਣਾ ਸੀ ਥਾਂ ਜੀ 3 ਵਿਸਵੇ ਜੀ 1 ਲੱਖ 20 ਦਾ ਬੰਦਦਾ ਸੀ ਜੀ ਮੇਰੇ ਕੋ 35000 ਰੁਪਿਆ ਘਟ ਗਿਆ ਤੇ ਜੀ ਮੈਂ ਸੁਨਿਆਰੇ ਬਬਲੂ ਸੁਨਿਆਰੇ ਦੇ ਨਾਲ ਗੱਲ ਕੀਤੀ ਮੈਂ ਕਿਹਾ ਬਾਜੀ ਮੈਨੂੰ ਪੈਸੇ ਲੋੜਾ ਫਿਰ ਤੁਸੀਂ ਚੀਜ਼ ਰੱਖ ਲਓਗੇ ਉਹ ਕਹਿੰਦੇ ਹਾਂਜੀ ਚੀਜ਼ ਰੱਖ ਲਾਂਗੇ ਤੁਹਾਨੂੰ ਪੈਸੇ ਦੇ ਦਾਂਗੇ 35000 ਰੁਪਿਆ ਗੋਰੀ ਨੇ ਕਿਹਾ ਜੀ ਜੀ ਚੀਜ਼ਾਂ ਰੱਖੀਆਂ ਸੀ 35000 ਰੁਪਏ ਦੋਨੋਂ ਚੀਜ਼ ਸਾਡੇ ਘਰੇ ਆ ਕੇ ਦੇ ਕੇ ਗਏ ਆ ਜੀ ਦੋ ਮਹੀਨੇ ਹੋ ਗਏ ਜੀ ਮੈਂ ਵਿਆਜ ਔਰ ਪੈਸੇ ਸਾਰਾ ਕੁਛ ਮੋੜਦਾ ਇਹਨਾਂ ਨੂੰ ਜੀ ਹੁਣ ਮੈਨੂੰ ਸਮਾਨ ਨਹੀਂ ਦੇ ਰਹੇਗੇ ਰੋਜ਼ ਆਂਦੀਆਂ ਲਾਰਾ ਲਾਂਦੇ ਆ ਅੱਜ ਦਿਨੇ ਕੱਲ ਦਿਨੇ ਅੱਜ ਦਿਨੇ ਇਹਨਾਂ ਦੇ ਘਰੇ ਵੀ ਮੈਂ ਜਾ ਕੇ ਆਈਆਂ ਇਹਨਾਂ ਦੀ ਮੰਮੀ ਨੇ ਵੀ ਕਿਹਾ ਬੇਟਾ ਤੁਹਾਨੂੰ ਸ਼ੁਕਰਵਾਨ ਸਮਾਨ ਮਿਲ ਜਾਊਗਾ ਅੱਜ ਮੈਂ ਫੇਰ ਜਾ ਕੇ ਆਈਆਂ ਕਹਿੰਦੇ ਵੀ ਸਮਾਨ ਤੁਹਾਨੂੰ ਮਿਲ ਜਾਊਗਾ ਕੱਲ ਨੂੰ 4 ਵਜੇ ਜੀ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਸਮਾਨ ਮਿਲਣਾ ਚਾਹੀਦਾ ਮੇਰੀ ਇਹੀ ਬੇਨਤੀ ਆ ਜਗਰੀਬਾ ਕੋ ਹੁਣ ਬੰਦ ਦਾ ਨਹੀਂ ਹੈਗਾ ਸਮਾਨ ਕਿੱਤੋਂ ਬਣਜੂ ਅਸੀਂ 85000 ਨਾ ਸੋਨਾ ਮੇਰੀ ਇਹੀ ਰਿਕਵੈਸਟ ਆ ਗੋਰੀ ਸੁਨਿਆਰਾ ਆ ਮੈਲਕਲਾਂ ਦੇ ਵਿੱਚ ਬੱਬਲੂ ਦਾ ਭਰਾ ਆ ਜੀ ਬਹੁਤ ਫਰੌੜਾ ਹੋਰ ਕਿਸੇ ਦਾ ਵੀ ਸਮਾਨ ਨੇ ਰੱਖਿਆ ਜੀ ਉਹਨਾਂ ਨੂੰ ਮੋੜ ਦਿੰਦਾ ਇੱਦਾਂ ਹੀ ਵਾਪਸ ਜਿੱਦਾਂ ਮੈਂ ਸਮਾਨ ਲੈਣ ਜਾਂਦੀ ਹਾਂ ਉੱਥੇ ਪੰਜ ਚਾਰ ਬੰਦੇ ਬੈਠੇ ਹੁੰਦੇ ਆ ਉਹਨਾਂ ਨਾਲ ਲਾਰਾ ਲਾਂਦਾ ਜੀ ਅੱਜ ਦੇਣਾ ਮੈਂ ਕੱਲ ਦੇਣਾ ਦੋ ਦੋ ਮਹੀਨੇ ਦਾ ਕੀ ਕਹਿੰਦਾ ਹੈ ਜੀ ਦੋ ਮਹੀਨੇ ਦਾ ਕਹਿ ਰਹੇ ਵੀ ਅੱਜ ਦੇਣਾ ਕੱਲ ਦੇਣਾ ਕਿਸੇ ਦਾ ਕੋਈ ਮਰ ਗਿਆ ਕਿਸੇ ਦਾ ਕੋਈ ਬਿਮਾਰ ਹੋ ਗਿਆ ਜੀ ਏਦਾਂ ਮਾ ਨਾ ਲਾ ਰਿਆ ਸਾਨੂੰ ਅਸੀਂ ਕਿੰਨਾ ਚਿਰ ਸੁਣੇ ਜਾਈਏ ਜੀ ਮੇਰੇ ਬੇਟੇ ਦਾ ਵਿਆਹ ਹੋਇਆ ਜੀ ਮੇਰੀ ਨੋ ਦੇ ਕੁਛ ਵੀ ਨਹੀਂ ਪਾਇਆ ਔਰ ਮੈਨੂੰ ਆਪਣੇ ਆਪ ਨੂੰ ਵੀ ਸ਼ਰਮ ਆਉਂਦੀ ਆ ਮੇਰੇ ਕੋਲੋਂ ਵੀ ਕਹਿ ਦਿੰਦੇ ਹਾਂ ਹਾਂਜੀ ਮੇਰੀ ਨੋ ਦਾ ਸੋਨਾ ਸੀ ਉਹ ਉਹਨਾਂ ਦਾ ਰੱਖਿਆ ਹੋਇਆ ਸੀ ਮੇਰੇ ਬੱਚੇ ਦਾ ਹਾਂਜੀ ਮੇਰੀ ਇਹੀ ਰਿਕਵੈਸਟ ਆ ਜੀ ਮੈਨੂੰ ਸਮਾਨ ਮਿਲਣਾ ਚਾਹੀਦਾ ਹਾਂਜੀ ਮੇਰਾ ਸੋਨਾ ਜੀ ਸਾਡੇ ਡੇਲੀ ਹੁੰਦੇ ਆ ਮੇਰਾ ਘਰ ਵਾਲ ਮੇਰੇ ਨਾਲ ਲੜਦਾ ਆ ਠੀਕ ਆ ਮੇਰਾ ਬੇਟਾ ਮੇਰੇ ਨਾਲ ਲੜਦਾ ਆ ਉਹ ਕਹਿੰਦੇ ਸਮਾਨ ਲੈ ਕੇ ਵੀ ਤੁਸੀਂ ਨਾਲ ਵਿੱਚੋਂ ਪੈਸੇ ਖਾ ਲਏ ਵੇ ਇਹ ਜੀ ਸਾਨੂੰ ਲਾਰੇ ਲਾਈ ਜਾਂਦਾ ਆ ਇਹ ਸਾਨੂੰ ਦਿੰਦਾ ਨਹੀਂਗਾ ਸਮਾਨ ਕਾਹਨੂੰ ਸਾਡੇ ਘਰ ਵਿੱਚੋਂ ਕੋਈ ਗੱਲਬਾਤ ਹੋ ਗਈ ਜਾਂ ਮੇਰੇ ਪੋਤਰੋਂ ਜਾਂ ਮੇਰੇ ਨੌਨੋਂ ਜਾਂ ਮੈਨੂੰ ਜਾਂ ਮੇਰੇ ਘਰ ਵਾਲ ਨੂੰ ਇਸ ਦਾ ਜ਼ਿੰਮੇਵਾਰ ਗੋਰੀ ਸੁਨੇਹਾਰ ਆ ਆ ਸਾਨੂੰ ਜੇ ਸਮਾਨ ਮਿਲਣਾ ਚਾਹੀਦਾ ਇਹਨਾਂ ਦੀ ਲਿਸਟ ਮੇਰੇ ਕੋਲ ਪਈ ਆ ਲਿਖੀ ਹੋਈ ਆ ਦਿਖਾ ਦਿਓ ਤੁਸੀਂ ਕਿੰਨੇ ਪੈਸੇ ਭਰ ਕੇ ਇਹਨਾਂ ਕੋਲੇ ਸਾਰੇ ਪੈਸੇ ਖਤਮ ਕਰ ਦਿੱਤੇ ਸੀ ਹਾਂਜੀ ਹਾਂਜੀ ਜੀ ਸਾਰੇ ਪੈਸੇ ਖਤਮ ਕੀਤੇ ਅਸੀਂ ਜੀ ਇਹਨਾਂ ਦੀ ਆ ਸਮਾਨ ਦੀ ਲਿਸਟ ਹੈ ਜੀ ਇਹ ਤੇ ਮੇਰੇ ਸਾਰੇ ਪੈਸੇ ਭਰੇ ਹੋਏ ਆ ਜੀ ਹਾਂ ਆਸਾ ਵੱਧ ਦੂਸਰਾ ਪਾਸਾ ਇਹ ਜੀ ਹੁਣ ਸਾਨੂੰ ਲਾਰੇ ਲੱਗਦੇ ਪਿਆ ਡੇਲੀ ਅਸਾ ਇਹਦੇ ਉੱਤੇ ਲਿਖਿਆ ਹੋਗਾ ਵੀ ਜਿਹੜਾ 35000 ਰੁਪਏ ਦੀ ਜਮਾ ਕਰਾਤਾ ਛੋੜਾ ਲੈਣ ਦਿਨ ਖਤਮ ਹੋ ਚੁੱਕਿਆ ਹਣਾ ਹਾਂਜੀ ਹਾਂਜੀ ਸਾਰਾ ਖਤਮ ਹੋ ਗਿਆ ਹਾਂਜੀ ਤੇ ਫਿਰ ਦੇਗਾ ਤੈਨੂੰ ਰਿਆ ਤੁਹਾਡਾ ਸੋਨਾ ਪਤਾ ਨਹੀਂ ਜੀ ਕਿਉਂ ਨਹੀਂ ਦੇ ਰਿਹਾ ਜੀ ਸਾਡੇ ਰੋਹ ਲੜਾਈ ਹੁੰਦੀ ਆ ਡੇਲੀ ਮੈਂ ਗੱਡੀ ਤੇ ਜਾਂਦੀ ਆ ਤੁਹਾਨੂੰ ਕੀ ਕਹਿੰਦਾ 2 ਮਹੀਨੇ ਲੱਗੇ ਜੀ ਪਤਾ ਨਹੀਂ ਆਦਾ ਮਨ ਵਿੱਚ ਕੀ ਆ ਜੀ ਇਹ ਸਮਾਨ ਨਹੀਂ ਸਾਨੂੰ ਦੇ ਸਾਨੂੰ ਕਹਿੰਦਾ ਨਾ ਅੱਜ ਦਿਨਾਂ ਕੱਲ੍ਹ ਦੇਣਾ ਆ ਦੋ ਮਹੀਨੇ ਚ ਸਾਡੇ ਘਰੇ ਰੰਦਾ ਕਲੇਸ਼ ਬਹੁਤ ਜ਼ਿਆਦਾ ਦੋ ਤਿੰਨ ਵਾਰੀ ਮੇਰੇ ਘਰ ਨਾਲ ਮੈਨੂੰ ਕੁੱਟ ਵੀ ਦਿੱਤਾ ਤੇ ਮੇਰੇ ਮੁੰਡੇ ਨੇ ਮੇਰੀ ਨੋ ਵੀ ਕੁੱਟ ਦਿੱਤੀ ਆ ਇਹ ਸਾਨੂੰ ਦੇ ਨਹੀਂ ਇਹਦੇ ਮਨ ਵਿੱਚ ਪਤਾ ਨਹੀਂ ਕੀ ਗੱਲ ਆ ਸਾਨੂੰ ਨਹੀਂ ਇਹ ਪਤਾ ਹੈਗਾ ਇਸ ਬਾਰੇ ਸਾਨੂੰ ਚੀਜ਼ ਦੇ ਦੇਵੇ ਤਾਂ ਵਧੀਆ ਸਾਡੇ ਘਰ ਵਿੱਚ ਕੋਈ ਮਰ ਗਿਆ ਤੇ ਇਹ ਗੋਰੀ ਜ਼ਿੰਮੇਵਾਰ ਆ ਸਾਡੇ ਘਰ ਵਿੱਚ ਚਾਹੇ ਮੁੰਡਾ ਚਾਹੇ ਇਹਦੇ ਪਾਪਾ ਚਾਹੇ ਮੈਂ ਨਿਤ ਲੜਾਈ ਕਰ ਮਰੂਗਾ ਹੀ ਇੱਕ ਬੰਦਾ ਵਿੱਚੋਂ ਅਸੀਂ ਤਾਂ ਇਹਦੇ ਤੋਂ ਬਹੁਤ ਦੁਖੀ ਹੋਏ ਪਏ ਆ ਬਹੁਤ ਜ਼ਿਆਦਾ ਸਾਡੀ ਇਹੀ ਰਿਕਵੈਸਟ ਆ ਵੀ ਸਾਨੂੰ ਸਮਾਨ ਮਿਲਣਾ ਚਾਹੀਦਾ ਅਸੀਂ ਘਰੇ ਗਏ ਸੀ ਭਾਜੀ ਘਰੇ ਜਾ ਕੇ ਸਾਨੂੰ ਇਹਦੀ ਮੰਮੀ ਨੇ ਤੇ ਇਹਨਾਂ ਦੇ ਬ੍ਰਦਰ ਨੇ ਵੀ ਕਿਹਾ ਉਹ ਕਹਿੰਦੇ ਭਾਈ ਤੁਸੀਂ ਕੋਈ ਨਾ ਸ਼ਾਂਤੀ ਰਵੋ ਤੁਹਾਨੂੰ ਕੱਲ ਨੂੰ 4 ਵਜੇ ਮਿਲ ਜੂਗਾ ਪਰ ਸਾਨੂੰ ਇਹਦੇ ਤੇ ਬੰਦੇ ਦਾ ਵਿਸ਼ਵਾਸ ਨਹੀਂ ਹੈਗਾ ਜੇ ਸਾਨੂੰ 4 ਵਜੇ ਨਾ ਮਿਲਿਆ ਤਾਂ ਫਿਰ ਅਸੀਂ ਕੁਝ ਵੀ ਕਰ ਸਕਦੇ ਹਾਂ ਥਾਣੇ ਵੀ ਜਾਵਾਂਗੇ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਅਸੀਂ ਇਹਨਾਂ ਛੱਡਣਾ ਨਹੀਂ ਹੈਗਾ ਯਾਨੀ ਕਿ ਸਾਡਾ ਸਮਾਨ ਮਿਲ ਜਾਵੇ ਅਸੀਂ ਇਸੇ ਚ ਕਰਕੇ ਚੈਨਲ 'ਚ ਆਏ ਹਾਂ ਵੀ ਪੈਸਾ ਨੂੰ ਸਮਾਨ ਦੇਣਾ ਫੋਨ ਚੱਕ ਵੀ ਲੈਂਦਾ ਸੱਚਾਈ ਨਹੀਂ ਦੱਸਦਾ ਹੁਣ ਸਾਡਾ ਵਿਸ਼ਵਾਸ ਟੁੱਟਿਆ ਪਿਆ ਵੀ ਸਾਨੂੰ ਸਮਾਨ ਨਹੀਂ ਮਿਲਣਾ ਆਏਗਾ ਹੁਣ ਮੈਂ ਤੁਹਾਡੇ ਮਰੇ ਇਹੀ ਬੇਨਤੀ ਕਰਦੀ ਆ ਜੀ ਮੈਨੂੰ ਸਮਾਨ ਮਿਲਣਾ ਚਾਹੀਦਾ ਵੀ ਕੱਲ ਨੂੰ 4 ਵੇ ਦਾ ਟਾਈਮ ਆ ਉਸ ਤੋਂ ਬਾਅਦ ਅਸੀਂ 4 ਵੇ ਤੋਂ ਬਾਅਦ ਫਿਰ ਅਸੀਂ ਠਾਣੇ ਵੀ ਜਾਵਾਂਗੇ ਅਸੀਂ ਹੋਰ ਵੀ ਬਹੁਤ ਕੁਝ ਕਰਾਂਗੇ ਜੀ ਸਾਡੀ ਇਹੀ ਬੇਨਤੀ ਸੀ ਆਪਣੇ ਬਾਬਾ ਕਾਲੇ ਮਹਿਰ ਕੋਲ ਤੁਸੀਂ ਤਿੰਨ ਬਿਸਵੇ ਥਾਂ ਲੱਤੇ ਸੀ ਮਾ ਜੀ ਇਸ ਕਰਕੇ ਮੈਨੂੰ ਰੱਖਣਾ ਪਿਆ ਸਮਾਨ ਜੀ ਨਹੀਂ ਮੈਂ ਰੱਖਣਾ ਨਹੀਂ ਸੀ ਜੀ ਮੇਰੇ ਪੈਸੇ ਘਟਦੇ ਸੀ ਜੀ 35000 ਰੁਪਿਆ ਔਰ ਮੈਂ ਇਹਨਾਂ ਨਾਲ ਗੱਲ ਕਰਕੇ 35000 ਰੁਪਇਆ ਮੈਂ ਕਿਹਾ ਭਾਜੀ ਮੈਨੂੰ ਚਾਹੀਦਾ ਦੇ ਦੋਗੇ ਤੁਸੀਂ ਇਹ ਕਹਿੰਦੇ ਜੀ ਸਮਾਨ ਰੱਖ ਜਾ 35000 ਰੁਪਏ ਤੁਹਾਨੂੰ ਘਰੇ ਪਹੁੰਚਦਾ ਹੋ ਜਾਊਗਾ ਉਸ ਤੋਂ ਬਾਅਦ ਜੀ 35000 ਰੁਪਏ ਦੋਨੋਂ ਜੀ ਘਰੇ ਆ ਕੇ ਗੱਡੀ 'ਚ ਦੇ ਕੇ ਗਏ ਆ ਸਾਨੂੰ ਫੜਾ ਕੇ ਗਏ 8:30 ਵਜੇ ਦੋਨੋਂ ਜੀ ਆਏ ਸੀ ਹੁਣ ਜੀ ਪੈ ਸਾਰਾ ਕੁਝ ਪੈਸੇ ਦੇ ਕੇ ਲਿਖਵਾ ਕੇ ਸਾਰਾ ਕੁਝ ਕੰਪਲੀਟ ਸਾਡੇ ਉਹ ਵੀ ਜੀ ਪ੍ਰੂਫ ਹੈਗੇ ਆ ਸਾਡੇ ਕੋਲ ਸਾਡੇ ਜੀ ਕੈਮਰੇ ਲੱਗੇ ਆ ਸਾਡੇ ਕੈਮਰੇ ਵਿੱਚੋਂ ਵੀ ਦੇਖ ਸਕਦੇ ਆ ਦੋਨੋਂ ਜਏ ਬੇਟਾ ਇਹਨਾਂ ਨਾਲ ਸੀ ਛੋਟਾ ਜਾਂ ਇਹ ਘਰੇ ਆ ਕੇ ਸਾਨੂੰ ਪੈਸੇ ਦੇ ਕੇ ਗਏ ਆ ਜੀ ਸਾਡੇ ਕੋਲ ਸਾਰਾ ਕੁਝ ਪ੍ਰੂਫ ਹੈਗਾ ਹੈ ਜੀ ਮੰਨ ਕੀ ਜਾਂਦੇ ਆ ਮੰਗਾ ਸੀ ਇਹ ਹੀ ਕਰਦੇ ਆ ਜੀ ਸਾਡਾ ਸਮਾਨ ਬੰਦਾ ਫਰੋਡ ਆ ਹਰ ਕਿਸੇ ਦੇ ਚੀਜ਼ ਰੱਖ ਲਾਂਦਾ ਮੁੜ ਕੇ ਉਹਨਾਂ ਨੂੰ ਲਾਰੇ ਲਾਂਦਾ ਹੀ ਦਿੰਦਾ ਨਹੀਂ ਜੀ ਚ ਕਹਿੰਦੇ ਵੀ ਚੀਜ਼ਾਂ ਰੱਖ ਲਾਂਦਾ ਆ ਇਹ ਕਿਸੇ ਨੂੰ ਮੁੜ ਕੇ ਮੋੜਦਾ ਨਹੀਂ ਹੈਗਾ ਸਿਰੇ ਸਿਰੇ ਦਾ ਠੱਗ ਬੰਦਾ ਹੈ ਸਾਡਾ ਜੀ ਵਿਸ਼ਵਾਸ ਟੁੱਟਿਆ ਪਿਆ ਹੁਣ ਕੱਲ ਦਾ ਟਾਈਮ ਤਾਂ ਜਰੂਰ ਸਾਨੂੰ ਦਿੱਤਾ ਆ ਪਰ ਸਾਡਾ ਵਿਸ਼ਵਾਸ ਟੁੱਟਿਆ ਪਿਆ ਇਸ ਬੰਦੇ ਤੇ ਜੀ ਮੈਨੂੰ ਕੱਲ 4 ਵੇ ਨਾ ਸਮਾਨ ਦਿੱਤਾ ਮੈਂ ਹੋਰ ਵੀ ਬਹੁਤ ਕੁਝ ਸਾਡੇ ਪਰਿਵਾਰ ਦੇ ਵਿੱਚੋਂ ਨੇਤਲੜਾਈ ਰਹਿੰਦੀ ਘਰੇ ਸਾਡੇ ਘਰ ਦੇ ਵਿੱਚ ਕੋਈ ਵੀ ਮਾਰ ਗਿਆ ਜਾਂ ਮੇਰਾ ਬੰਦਾ ਜਾਂ ਮੈਂ ਜਾਂ ਮੇਰਾ ਕੋਈ ਬੱਚਾ ਮੈਂ ਗੁਰੀ ਦਾ ਨਾਮ ਲਉਂਗੀ ਵੀ ਇੰਨੇ ਸਮਾਨ ਰੱਖਿਆ ਇਹ ਮੈਨੂੰ ਦਿੰਦਾ ਨਹੀਂ ਮੈਂ ਰੋਜ਼ ਜਾਣੀ ਆ ਇਹਦੀ ਵਜ੍ਹਾ ਨਾਲ ਸਾਡੇ ਘਰੇ ਕਲੇਸ਼ ਪੈਂਦੀ ਓਦਾਂ ਸਾਡੇ ਘਰੇ ਕਲੇਸ਼ ਨਹੀਂ ਕਦੇ ਪਿਆ ਮੈਲਕਲਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਬਬਲੂ ਸੁਨਿਆਰਾ ਇਹ ਦੋ ਭਰਾ ਆ ਜੀ ਦੋਨੋਂ ਭਰਾ ਗੋਰੀ ਸੁਨਿਆਰਾ ਕੋਈ ਵੀ ਗੱਲਬਾਤ ਹੁੰਦੀ ਆ ਜੀ ਬਬਲੂ ਸੁਨਿਆਰਾ ਜੁਮੇਵਾਰ